पाकिस्तान दे टाइम तुहाडा जन्म कदों दा है? जन्म दिन उसे गिणते ही कोई ना वैसे सन तो पता होंगे फिर की है जेले रोला होया तो उन्हें कि कितने साल दे आवे तो वो 47 ही रोल होया है। हां मैं 20 साल दा सी ठीक है अंदाजा तो उते किथे रहंदे आवे त्रब्बा शहर जिला केड़ा है? जिला खाने तहसील खाने वाल डिस्ट्रिक्ट मुल्तान ਤੇ ਉੱਥੇ ਗਾਮ ਗਾਮ ਆਈ ਕਿ ਸ਼ਹਿਰ ਆਈ ਉਹ ਜਿੱਥੇ ਤੁਸੀਂ ਅਸਾਂ ਤਰੰਬਲ ਸ਼ਹਿਰ ਆਈ ਬਾਕੀ ਅਸਾਂ ਨਾਲ ਗਾਮ ਆਇਓ ਦੀ ਰਹਿੰਦੇ ਸੀ ਕਾਲੂ ਪਿੱਤਰਾ ਅੱਛਾ ਖਸਰਾ ਨੰਬਰ ਗਏ ਆਈ ਖਸਰਾ ਨੰਬਰ ਆਪਣ ਗਏ ਜਾਨ ਤੇ ਉਸ ਗਾਮ ਵਿੱਚ ਕਿੰਨੇ ਪਰਿਵਾਰ ਰਹਿੰਦੇ ਹਨ? ਹਿੰਦੂ ਪਰਿਵਾਰ ਤੇ ਦੋ ਹੀ ਹਨ ਬਾਕੀ ਸਾਰੇ ਮੁਸਲਮਾਨ ਮੁਸਲਮਾਨ ਹਨ ਚੌਖੇ ਪਰਿਵਾਰ ਹਨ ਹਨ ਕੋਈ ਸੌਖ ਤਾਂ ਹੋਣਾ ਹੀ ਹੈ ਸਾਰੇ ਖੇਤੀ ਕਰਦੇ ਹਨ ਕੋਈ ਹੋਰ ਕੰਮ ਕਰਦੇ ਹਨ? ਬਸ ਖੇਤੀ ਇੱਥੇ ਸਾਰੇ ਹੀ ਖੇਤੀ ਆਈ ਤੁਹਾਡਾ ਕੀ ਕੰਮ ਆਈ? ਸਾਰੀ ਦੁਕਾਨ ਆਈ ਪੇਸ਼ਾ ਦੀ ਕਿਰਿਆਣੇ ਦੀ ਅੱਛਾ ਤੁਹਾਡਾ ਵਿਆਹ ਉਥਾਂ ਹੀ ਹੋ ਗਿਆ ਇੱਥੇ ਆਇਆ ਆਈ? ਮੇਰਾ ਵਿਆਹ ਇੱਥੇ ਹੋਇਆ ਇੱਥੇ ਹੋਇਆ ਜੀ ਅਤੇ ਤੁਹਾਡੇ ਜਿਹੜੇ ਜਿਹੜੇ ਰੋਲਾ ਪਿਆ ਤਾਂ ਗਾਂ ਵਿੱਚ ਕਿਵੇਂ ਨਿਕਲੇ? ਅਸਾਂ ਬੜੇ ਆਰਾਮ ਨਾਲ ਨਿਕਲਿਆ ਬੱਚੇ ਪਹਿਲੇ ਚਲੇ ਗਏ ਸੀ ਖਾਣੇ ਵਾਲ ਭੇਜ ਕੇ ਹਨ ਮੇਰੇ ਨਾਨਕੇ ਖਾਣੇ ਵਾਲ ਹਨ ਅਤੇ ਉਸ ਤੋਂ ਬਾਅਦ ਮੇਰੇ ਪਿਤਾ ਜੀ ਅਤੇ ਮੈਂ ਉੱਥੇ ਰਹੇ ਸੀ ਫਿਰ ਬਾਅਦ ਪਿਤਾ ਜੀ ਚਲੇ ਗਏ ਅਤੇ ਮੈਂ ਆ ਕੇ ਮੈਨੂੰ ਲੈ ਗਏ ਪਹਿਲੇ ਪਿਤਾ ਜੀ ਚਲੇ ਗਏ ਫਿਰ ਤੁਸੀਂ ਪਿੱਛੇ ਗਏ? ਮੈਂ ਪਿੱਛੇ ਗਿਆ ਹੋਰ ਘਰ 'ਚ ਕੌਣ ਕੌਣ ਆਈ? ਕੌਣ ਮਾਂ ਸੀ ਬਾਈ ਸੀ ਬਹਿਨਾ ਸੀ ਸਾਰਾ ਕੁਝ ਆਈ ਸਾਰੇ ਨਿਕਲ ਆਇਆ ਸਾਰਾ ਪਿੱਛੋਂ ਮਕਾਨ ਕਿਤਨਾ ਵੱਡਾ ਆਈ? ਮਕਾਨ ਉੱਥੇ ਬਗੈਰ ਕੀ ਕੋਣ ਹਨ ਉੱਥੇ ਤਾਂ ਐਵੇਂ ਵੱਲੇ ਹਨ ਹਵੇਲੀਆਂ ਨੇ ਹਵੇਲੀਆਂ ਗਾਂ ਮੱਛਾ ਸਾਰਾ ਕੁਝ ਆਈ ਸਭ ਆਈ ਪਿੱਛੋਂ ਕਿਸ਼ਾ ਕਿਸ਼ਾ ਛੋੜ ਆਇਆ ਵੇ ਛੋੜ ਦੇ ਹੁਣ ਕਿਸੇ ਦਿੱਲੀ ਮੈਂ ਡੈਨ ਦੱਸਾਂ ਕਿ ਇਹ ਛੋੜ ਆਇਆ ਫਿਰ ਵੀ ਸਾਰਾ ਕੁਝ ਜਿਹੜਾ ਸੀ ਸਾਰਾ ਕੁਝ ਛੋੜ ਆਇਆ ਗਾਣਾ ਲੱਤਾ ਸਾਰਾ ਲੈ ਆਵੇ ਕਿ ਛੋੜ ਆਵੇ ਹੈ ਗਾਣਾ ਲੱਤਾ ਤਾਂ ਲੈ ਆਓ ਸੀ ਗਾਣਾ ਲੱਤਾ ਲੈ ਆਇਆ ਸੀ ਬਾਕੀ ਸਾਰੇ ਨਾਲ ਕੋਈ ਰੋਕ ਟੋਕ ਕੋਈ ਨਹੀਂ ਹੋਈ ਆਰਾਮ ਨਾਲ ਆਇਆ ਸੀ ਉੱਥੇ ਜਿਹੜੇ ਲੋਕ ਆਉਣ ਰਾਹ ਤੁਹਾਨੂੰ ਕਿਸੇ ਨਹੀਂ ਰੋਕਿਆ ਨਹੀਂ ਸਾਡੇ ਅੱਛਾ ਲੋਕ ਜਿਵੇਂ ਹੁੰਦੇ ਅੱਛੇ ਸੀ ਉੱਥੋਂ ਦੇ ਮਤਲਬ ਜਿਹੜੇ ਮੁਸਲਮਾਨ ਹਨ ਤੁਹਾਡੀ ਉੱਥੇ ਸਹਾਇਤਾ ਕੀਤੀ ਆਈ? ਹਾਂਜੀ ਜਿਹੜੇ ਮੁਸਲਮਾਨ ਹਨ ਹਾਂ ਉਹਨਾਂ ਨੇ ਤੁਹਾਡੀ ਸਹਾਇਤਾ ਕੀਤੀ ਆਈ ਉੱਥੇ? ਬਿਲਕੁਲ ਕੀਤੀ ਸੀ। ਕਿਵੇਂ? ਨਹੀਂ ਯਾਨੀ ਕੋਈ ਤਕਲੀਫ ਹੋਵੇ ਤਾਂ ਯਾਰ ਹੈ ਆਉਂਦੇ ਬਹਿੰਦੇ ਆਵੇ ਇੱਕ ਦੂਜੇ ਦੇ ਘਰ ਵਿਆਹ 'ਤੇ ਸਾਰਿਆਂ 'ਤੇ ਅੱਛਾ ਪ੍ਰੋਗਰਾਮ ਆਈ ਵੈਸੇ ਜੋ ਪਿੰਡਾਂ 'ਚ ਹੁੰਦਾ ਅਤੇ ਉੱਥੇ ਜਿਹੜੇ ਜੰਨ ਚੜ੍ਹਦੀ ਆਈ ਤਾਂ ਉਹ ਕਿਸ਼ਾ ਕਿਸ਼ਾ ਬਣਦੇ ਹਨ ਵਿਆਹ 'ਤੇ ਵਿਆਹ 'ਤੇ ਵਿਆਹ 'ਤੇ ਕਿਸ਼ਾ ਕਿਸ਼ਾ ਬਣਦੀ ਆਈ ਵਿਆਹ ਤਾਂ ਜ਼ਿਆਦਾ ਕੜਾਹ ਬਣਦਾ ਆਈ ਦੇਸੀ ਘਿਓ ਦਾ ਕੜਾਹ ਬਣਦਾ ਖਾਣ ਵਾਲੇ ਹੁੰਦੇ ਹਨ ਇੱਥੇ ਨਾ ਖਾਣ ਵਾਲੇ ਨਾ ਬਣਦਾ ਹੈ ਵਿਆਹ ਦਾ ਪ੍ਰੋਗਰਾਮ ਕਿੰਨੇ ਕਿੰਨੇ ਦਿਹਾੜੇ ਚੱਲਦਾ ਆਈ ਉੱਥੇ ਦਾ ਹਫ਼ਤਾ ਕੁ ਤਾਂ ਚੱਲਦਾ ਆਈ ਆਉਂਦੇ ਸੀ ਦੂਰ ਤੋਂ ਆਉਂਦੇ ਸੀ ਬਹਿਣਾ ਜਿਵੇਂ ਦੂਰ ਦੂਰ ਹਨ ਯਾਨੀ ਉਹ ਆ ਕੇ ਫਿਰ ਮਹੀਨਾ ਮਹੀਨਾ ਰਹਿੰਦੀਆਂ ਸੀ ਇਹ ਤਾਂ ਇਹ ਨਹੀਂ ਬਈ ਹੁਣ ਆਏ ਤਾਂ ਸ਼ਾਮ ਦੀ ਟਿਕਟ ਹੈ ਉਦੋਂ ਤਾਂ ਮਹੀਨਾ ਮਹੀਨਾ ਬਹਿਣਾ ਰਹਿ ਜਾਂਦੀ ਅਸੀਂ ਖਾਲੀ ਵੇਲੇ ਕੀ ਕਰਦੇ ਆਵੇ ਉੱਥੇ ਗਾਂ ਵਿੱਚ ਬਹਿ ਕੇ ਖਾਲੀ ਵੇਲੇ ਕੋਈ ਤਰਸ ਪੈ ਰਹੀ ਸੀ ਉੱਥੇ ਤੁਹਾਨੂੰ ਦੱਸਾਂ ਕਿ ਅਸਾਂ ਬੱਚੇ ਸੀ ਖੇਡਦੇ ਸੀ ਹਾਂਜੀ ਉੱਥੇ ਖੇਡ ਤਾਂ ਆਪਾਂ ਤਾਂ ਬੱਚਿਆਂ ਦੀ ਜਿਵੇਂ ਹੁੰਦੀ ਹੈ ਪੇੜ ਦੁੱਧ ਹੁੰਦਾ ਸੀ ਕੁਸ਼ਤੀ ਹੁੰਦੀ ਆਈ ਕੀਤੀ ਤੁਸੀਂ ਕੁਸ਼ਤੀ ਥੋੜ੍ਹੀ ਬਹੁਤ ਬੱਚਿਆਂ ਦਾ ਜਿਵੇਂ ਪ੍ਰੋਗਰਾਮ ਹੁੰਦਾ ਉਹਨਾਂ ਤਾਂ ਹੁੰਦਾ ਹੀ ਸੀ ਕਬੱਡੀ ਵੀ ਹੁੰਦੀ ਆਈ ਮੈਂ ਕਬੱਡੀ ਕਬੱਡੀ ਕੋਲ ਆ ਜਾਂਦੀ ਗਿੱਲੀ ਡੰਡਾ ਹਾਂਜੀ ਗਿੱਲੀ ਡੰਡਾ ਖੇਲ ਹੁੰਦਾ ਹੈ ਕਿਹੜਾ ਜੀ ਗਿੱਟੀ ਡੰਡਾ ਹਾਂ ਗਿੱਟੀ ਡੰਡਾ ਹਾਂਜੀ ਤੁਹਾਡੇ ਕੋਈ ਮੁਸਲਮਾਨ ਦੋਸਤ ਹੋਵੇ ਜਿਨ੍ਹਾਂ ਦੇ ਨਾਮ ਯਾਦ ਹੋਵੇ ਤੁਹਾਨੂੰ ਤੁਹਾਡੇ ਨਾਲ ਖੇਡਦੇ ਹਨ ਜਿਹੜੇ
ਨਾਮ ਤੋਂ ਮੈਨੂੰ ਯਾਦ ਕੀ ਇਹ ਹੁਣ ਦੱਸਾਂ ਕਿਹੜੀ ਜਮਾਤ ਤਾਂ ਪੜ੍ਹਿਆ ਤੁਸੀਂ ਸਤ ਜਮਾਤ ਸਕੂਲ ਦਾ ਨਾਮ ਯਾਦ ਹੈ ਸਕੂਲ ਤਰੰਬਾ ਸੀ ਗੌਸਪੁਰ ਸਕੂਲ ਆਈ ਗੌਰਮੈਂਟ ਸਕੂਲ ਆਈ ਸਾਥੋਂ ਦੋ ਢਾਈ ਮੀਲ ਸਾਈਡ 'ਤੇ ਆਈ ਉੱਥੇ ਜਾਂਦੇ ਹਾਂ ਅਸੀਂ ਕਿਤਨੇ ਬਾਲ ਪੜ੍ਹਦੇ ਹਾਂ ਉੱਥੇ ਹਾਂਜੀ ਮਾਸਟਰ ਦਾ ਨਾਮ ਯਾਦ ਹੈ ਕੋਈ ਮਾਸਟਰ ਗੁਰੂ ਦਿੱਤਾ ਮਾਲ ਹੁੰਦਾ ਸੀ ਮਾਸਟਰ ਤਰੰਬੇ ਦਾ ਅੱਛਾ ਖਾਣੇ ਵਾਲ ਜਾਂਦੇ ਸੀ ਨਾਨਕਿਆਂ ਨੂੰ ਉੱਥੇ ਨਾਲ ਤਰੰਬਾ ਸ਼ਹਿਰ ਆਏ ਉੱਥੇ ਜਾਂਦੇ ਸੀ ਸਮਾਨ ਸੂਨ ਲੈਣ ਘਰ ਦਾ ਸਾਰਾ ਦੁਕਾਨ ਆਈ ਕਰਿਆਨਾ ਦਾ ਸਮਾਨ ਲਿਆਉਂਦੇ ਸੀ ਖਾਣੇ ਵਾਲ ਤੋਂ ਲਿਆਉਂਦੇ ਆਵੇ ਖਾਣੇ ਵਾਲ ਖਾਣ ਦੀ ਕਿਸ਼ਾ ਮਸ਼ਹੂਰ ਆਈ ਸਾਨੂੰ ਤਾਂ ਕੋਈ ਧਿਆਨ ਨਹੀਂ ਕਿਸ਼ਾ ਮਸ਼ਹੂਰ ਆਈ ਖਾਣੇ ਵਾਲ ਸਮਾਨ ਲਾਉਣ ਆਉਂਦੇ ਉੱਥੇ ਹੁੰਦਾ ਨਾ ਵੀ ਇਹ ਸ਼ਾ ਖਾ ਪਿਆ ਉਸ ਉੱਥੇ ਕਿਸ਼ਾ ਮਸ਼ਹੂਰ ਮਰੂੰਡੇ ਮਸ਼ਹੂਰ ਹਨ ਹਾਂ ਮਰੂੰਡੇ ਹਨ ਨਾ ਮਰੂੰਡੇ ਹੀ ਹੁੰਦੇ ਹਨ ਉਸ ਟਾਈਮ ਮਰੂੰਡੇ ਹੀ ਹੁੰਦੇ ਹਨ ਹੋਰ ਹੋਰ ਗਾਮ ਦਾ ਗਾਮ ਦੇ ਸਰਪੰਚ ਹੁੰਦੇ ਹਨ ਉਸ ਟਾਈਮ ਸਰਪੰਚ ਨੰਬਰਦਾਰ ਹੁੰਦੇ ਹਨ ਸਰਪੰਚ ਤਾਂ ਕੋਈ ਨਾ ਤੁਹਾਡਾ ਕੋਈ ਖਾਸ ਦੋਸਤ ਹੁੰਦਾ ਜੀ ਉੱਥੇ ਉਹਦਾ ਨਾਂ ਯਾਦ ਹੈ ਨਾ ਬਈ ਹੁਣ ਦੋਸਤ ਦੋਸਤ ਹਨ ਯਾਦ ਕੋਈ ਨਹੀਂ ਨਾ ਹੁਣ ਤੁਹਾਡੇ ਨਾਲ ਚੱਲੇ ਹਨ ਉਹ ਵੀ ਹਾਂਜੀ ਤੁਹਾਡੇ ਨਾਲ ਨਿਕਲੇ ਹਨ ਉੱਥੋਂ ਨਹੀਂ ਅਸਾਂ ਤਾਂ ਇੱਕੋ ਘਰ ਸੀ ਉੱਥੇ ਇੱਕ ਘਰ ਆਈ ਪਹਿਲੇ ਨਿਕਲ ਆਈ ਇੱਕ ਬਾਹਰ ਜਿੱਥੇ ਨਿਕਲੇ ਜੇਲੇ ਉੱਥੋਂ ਨਿਕਲੇ ਤਾਂ ਕਿਵੇਂ ਨਿਕਲੇ ਤੁਸੀਂ ਤਾਂ ਰਾਹ 'ਚ ਕੋਈ ਮਾਰਕਾਟ ਵੇਖੀ ਤੁਹਾਡੀ ਅੱਖੀ ਵੇਖੀ ਕੁਛ ਅਸਾਂ ਅੱਖੀ ਵੇਖੀ ਕੁਛ ਹੈ ਨਹੀਂ ਮਾਰਕੀਟ ਵੇਖੀ ਮਾਰਕਾਟ ਹੋਈ ਸੀ ਮਖਦੂਮਪੁਰ ਉਹ ਸਾਡਾ ਆਪਣੇ ਮੇਰੇ ਸੁਸਰ ਸਾਹਿਬ ਉੱਥੇ ਸੀ ਮੰਗਣੀ ਹੋਈ ਹੈ ਅੱਛਾ ਉਹਨਾਂ ਉਹਨਾਂ ਕਤਲ ਹੋ ਗਿਆ ਸੀ ਅੱਛਾ ਫਿਰ ਪਿਤਾ ਜੀ ਸੰਭਾਲਦੇ ਹਨ ਸਾਰਾ ਕੰਮ ਆਉਣ ਜਾਣ ਰਹਿੰਦੇ ਅਤੇ ਮੁਨਸਰ ਆਏ ਸਾਰਾ ਤੁਹਾਡਾ ਜਿਹੜਾ ਸਾਵਰਾ ਘਰ ਆਈ ਹਾਂਜੀ ਚੌਖੀ ਦੂਰ ਆਈ ਤੁਹਾਡੇ ਘਰ ਤੋਂ ਗੌਰ ਤੋਂ ਆਈ ਕੋ ਪੰਜ ਸਾਲ ਅੱਧਾ ਮੀਲ ਤੋਂ ਆਉਣਾ ਕੀ ਗਾਮ ਦਾ ਨਾਮ ਕੀ ਆਈ ਮਖਦੂਮਪੁਰ ਅੱਛਾ ਉੱਥੇ ਰਿਸ਼ਤੇ ਕਿਵੇਂ ਆਉਂਦੇ ਹੁੰਦੇ ਹਨ ਰਿਸ਼ਤੇ ਬਹਿਣਾ ਲੈਂਦੇ ਹਨ ਅਤੇ ਬਹਿਣਾ ਦਿੰਦੇ ਹਨ ਰਿਸ਼ਤੇ ਹੀ ਹੁੰਦੇ ਹਨ ਵੱਟੇ ਰੱਟੇ ਵਾਲਾ ਅੱਛਾ ਵਿਆਹ 'ਤੇ ਜਿਹੜੀ ਜਨ ਜਨ ਜਾਂਦੀ ਆਈ ਉਹ ਕਿਵੇਂ ਆਉਂਦੀ ਆਈ ਘੋੜੇ ਉੱਠ ਬਸ ਹੋਰ ਕੀ ਚਾਹੁੰਦੀ ਤੁਹਾਨੂੰ ਪਹਿਲੀ ਵਾਰ ਪਤਾ ਕਿਵੇਂ ਚੱਲਾ ਆਈ ਕਿ ਲੜਾਈ ਝਗੜਾ ਸ਼ੁਰੂ ਹੋ ਗਿਆ ਹੈ ਕਿਵੇਂ ਖਬਰ ਆਈ ਆਈ ਤੁਹਾਡੇ ਕੋਲ ਖਬਰ ਤਾਂ ਉਸ ਤਰ੍ਹਾਂ ਪਤਾ ਹੀ ਨਹੀਂ ਲੱਗਾ ਬਈ ਜਿਸ ਤਰ੍ਹਾਂ ਕੁਛ ਸੁਣਦਾ ਹੈ ਫਲਾਣੀ ਜਗ੍ਹਾ ਝਗੜਾ ਹੋ ਗਿਆ ਫਲਾਣੀ ਜਗ੍ਹਾ ਝਗੜਾ ਜਿਵੇਂ ਪਤਾ ਨਹੀਂ ਕੋਈ ਇਸ ਤਰ੍ਹਾਂ ਦੀ ਕੋਈ ਅਫਵਾਹ ਚੱਲੀ ਆਈ ਬਈ ਇੱਕ ਮਿੰਟ ਕੋਈ ਉੱਥੇ ਫਲਾਣੀ ਜਗ੍ਹਾ ਹੋ ਗਈ ਮਾਰਕੀਟ ਫਲਾਣੀ ਜਗ੍ਹਾ ਹੋ ਗਈ ਇਸੇ ਤਰ੍ਹਾਂ ਸਾਰੇ ਹੀ ਹੋ ਗਿਆ ਤੁਸੀਂ ਜਿਹੜੇ ਨਿਕਲੇ ਤੁਹਾਨੂੰ ਸੰਦੇਸ਼ਾ ਆਈ ਕਿ ਵੀ ਵਾਪਸ ਪਹੁੰਚੋ ਕਿ ਨਾ ਪਹੁੰਚੋ ਇਹ ਕੋਈ ਪਤਾ ਨਹੀਂ ਇਸ ਸ਼ਾਇਦ ਉਮੀਦ ਅਸਾਂ ਬਾਅਦ 'ਚ ਹੀ ਰੱਖੀ ਵੀ ਵਾਪਸ ਸ਼ਾਇਦ ਜਾਣਗੇ ਉੱਥੋਂ ਜਿਹੜਾ ਗਾਣਿਆਂ ਨੂੰ ਲੁਕਾ ਕੇ ਕਿਵੇਂ ਲੈ ਜਾਵੇ ਗਾਣੇ ਤੁਹਾਨੂੰ ਕਹਿ ਪਹਿਲੇ ਚਲੇ ਗਏ ਸੀ ਆਪਣੇ ਨਾਨਕੇ ਸੀ ਉੱਥੇ ਖਾਣੇ ਵਾਲ ਅੱਛਾ ਉੱਥੇ ਪਹਿਲੂ ਚਲੇ ਗਏ ਸੀ ਮਾਂ ਆਈ ਭੈਣਾਂ ਹਨ ਅਸਾਂ ਸਿਰਫ ਦੋ ਆਦਮੀ ਰਹਿ ਗਏ ਸੀ ਦੁਕਾਨ ਕਰਕੇ ਅੱਛਾ ਨਾਲੇ ਮੁਸਲਮਾਨ ਜਾਣ ਹੀ ਨਾ ਦਿੰਦੇ ਵੀ ਕਿਉਂ ਜਾਂਦੇ ਤੁਹਾਨੂੰ ਕਿਹੜਾ ਡਰ ਹੈ ਫਿਰ ਛੱਡ ਹੀ ਗਏ ਸੀ ਸਾਨੂੰ ਰਾਤੀ ਘੋੜਿਆਂ 'ਤੇ ਆ ਕੇ ਆਪਣੇ ਬਾਈ ਸਾਹਿਬ ਇੱਕ ਵਾਰੀ ਗਏ ਸੀ ਤਰੰਬੇ ਵਾਪਸ ਅੱਛਾ ਬਹੁਤ ਵਧੀਆ ਮਿਲ ਮੁਲ ਆਇਆ ਸੀ ਬੜਾ ਅੱਛਾ ਉਹਨਾਂ ਅੱਛਾ ਦੁਬਾਰਾ ਜਾਣ ਦਾ ਮਨ ਕਰਦਾ ਵੀ ਇੱਕ ਵਾਰੀ ਵੇਖ ਕੇ ਆਵਾਂ ਮਨ ਤਾਂ ਕਰ ਲਿਆ ਕੋਈ ਜਾਇਆ ਤਾਂ ਨਹੀਂ ਜਾਂਦਾ ਕੋਈ ਲੈ ਜਾਵੇ ਤਾਂ ਲੈ ਕੌਣ ਜਾਵੇ ਕੋਈ ਦੱਕਣ ਲੈ ਜਾਵੇ ਤਾਂ ਲੈ ਜਾਵੇ ਤਿਆਰ ਆ ਬਹੁਤ ਅੱਛਾ ਲੱਗੇਗਾ ਜੇਕਰ ਮਿਲਣ ਹੀ ਜਾਵਾਂਗੇ ਤਾਂ ਫਿਰ ਅੱਛਾ ਨਹੀਂ ਲੱਗੇਗਾ ਹੋਰ ਕੀ ਹੋਵੇਗਾ
अपना घर पहचान लिसो? बिल्कुल पहचान लिसो, सारा कुछ पहचान लिसा है घर सारा। घर किथे किथे आई, कमरा किथे आई, मज्जा किथे बदींदियां, सारा पता आई। कितने कमरे आन तोडे घर च? घर च कमरे आन अपने 5-6 कमरे आन। 5-6 कमरे आन, बाकी खाल आई जिन्ने कबार रखदे सी। तूड़ी वाला कोठा ही आई? तूड़ी वाले कोठा, तूड़ी वाले बार बनते हैं। भैंस मज्जा कितनी आन? मज्जा मज्जा गाय कितनी आन? दो मज्जा आन। अच्छा चौखा दूध दे दिया आन? दो 20 किलो दे दिया यार उत्ते। 20 किलो दे दिया? असं मज्जा ने दूध पींदे सी, जिस मज्जा दूध कढ़ना दारा ला लेनियाँ। कणक बीजी आई उत्थे? कणक ते होर? कणक आई, कपाह आई। होर किश होनी है उत्थे? ज्यादा कणक ही कपाह आई, दो फसल आउंदियां ने मोटियां। बाकी तो हुण पट्ठे पुट्ठे हो गए। ਪਾਣੀ ਕਿੱਥੋਂ ਲੱਗਦਾ ਹੈ ਉੱਥੇ ਖੇਤਾਂ ਨੂੰ? ਪਾਣੀ ਨਹਿਰ ਦਾ ਲੱਗਦਾ ਹੈ। ਚੌਖੀ ਦੂਰ ਆਈ ਨਹਿਰ? ਨਹਿਰ ਸਾਰੇ ਪਿੰਡ ਜੀ ਨਹਿਰ 2 ਮੀਲ ਤੇ ਆਈ ਸਾਰੀ। ਨਹਿਰ ਦਾ ਨਾਂ ਕੀ ਆਈ, ਕਿਹੜੀ ਨਹਿਰ ਆਈ? ਬਈ ਮੈਂ ਇਤਨਾ ਮੈਨੂੰ ਪਤਾ ਨਹੀਂ, ਉਸ ਦਾ ਇਸ ਟਾਈਮ ਦਾ ਬਹੁਤ ਫਰਕ ਆਏ।